ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਕੱਲ੍ਹ ਗਏ ਹੋਏ ਤੇ ਭੈਣ ਨਾਲ ਕੋਲ ਸੰਧਾਰਨ ਤੋਂ ਦੇ ਕੇ ਆਏ ਹਾਂ, ਅਤੇ ਕੱਲ੍ਹ ਇਹਦਾ ਇੱਥੇ ਪਾਣੀ ਛੱਡਿਆ ਤਾ, ਪਰ ਲਾਈਟ ਭੱਜ ਲਈ ਥੋੜ੍ਹੀ ਦੇਰ ਆ ਕੇ, ਮੁੜ ਕੇ ਫਿਰ ਰਹਿ ਗਿਆ ਇਹ। ਉਰੇ ਬਾਸਮਤੀ ਲਾਉਣੀ ਹੈ, ਮੈਂ ਕਿਹਾ ਚਲੋ ਇੱਕਣੀ ਲਾ ਦਿੰਦੇ ਹਾਂ, ਵੀ ਬਹਾਈ ਬੂਹੀ ਇੱਕਣੀ ਕਰਕੇ ਸੁਆਗਾ ਜਿਹਾ ਮਾਰ ਕੇ ਛੱਡਿਆ ਤਾ, ਪਰ ਸਾਈਡਾਂ ਪਰ ਤਾਂ ਬਹੁਤ ਉੱਚਾ ਬਾਈ, ਪਰਲੀ ਸਾਈਡ ਨੀਵਾਂ ਬਹੁਤ ਹੈ, ਇਸ ਕਰਕੇ ਹੁਣ ਫਿਰ ਟਰੈਕਟਰ ਘੁਮਾਉਣਾ। ਪਹਿਲਾਂ ਦੁਪਹਿਰੇ 12 ਵਜੇ ਲਾਈਟ ਆਈ, ਉਸ ਟਾਈਮ ਥੋੜ੍ਹੇ 5 ਕੁ ਮਿੰਟ ਅੱਗੇ ਭੱਜ ਗਈ, ਮੁੜ ਕੇ ਆਈ ਨਹੀਂ ਹੈਗੀ, ਮੁੜ ਕੇ 3 ਵਜੇ ਆਈ ਹੈ, ਅਤੇ ਹੁਣ ਮੱਝਾਂ ਚੋ ਕੇ ਫਿਰ ਆਇਆ ਇੱਧਰ, ਹੁਣ ਇਹਨੂੰ ਗਾਹਣ ਕਰਦਾ। ਆਹ ਰਹਿ ਗਿਆ ਪੂੰਛ ਅੜੀ ਪਈ ਹੈ ਬਸ, ਹੁਣ ਬਾਕੀ ਕਹਿੰਦੇ ਹਾਥੀ ਲੰਘ ਗਿਆ, ਪੂੰਛ ਅੜ ਗਈ, ਉਹ ਕੰਮ ਹੋ ਗਿਆ ਬਸ, ਇਹੀ ਅੜ ਗਈ, ਅਤੇ ਹੁਣ ਲਾਈਟ ਇੰਨਾ ਤੰਗ ਕਰਨ ਲੱਗ ਗਈ ਸੀ ਬਾਈ। ਇੱਧਰ ਵੀ ਕਿਆਰੇ 1-2 ਬਿਲਕੁਲ ਸੁੱਕੇ, ਅਤੇ ਹੁਣ ਉੱਧਰ ਵੀ ਮੋਟਰਾਂ ਹੁਣ ਦੋਹੇ ਚੱਲਦੀਆਂ, ਮੈਂ ਕਿਹਾ ਹੁਣ ਇਹਨਾਂ ਦਾ ਆਟੋਮੈਟਿਕ ਦੱਬ ਕੇ ਰੱਖੀਏ। ਅੱਜ ਸੰਗਰਾਂਦ ਅਤੇ 10ਵੀਂ ਹੈ ਬਾਈ, ਸਵੇਰੇ ਪਹਿਲਾਂ ਮੱਥਾ ਟੇਕ ਕੇ, ਅਤੇ ਅੱਜ ਦਾ ਦਿਨ ਵੀ ਸੁੱਕਾ ਲੰਘ ਗਿਆ। ਹੁਣ ਤੁਸੀਂ ਐਂ ਲਾ ਲਓ, ਆਪਾਂ ਕਹਿ ਦਿੰਦੇ ਵੀ ਸੰਗਰਾਂਦ ਵਾਲਾ ਦਿਨ ਸੁੱਕਾ ਲੰਘ ਗਿਆ, ਹੁਣ ਪਤਾ ਨਹੀਂ ਪੈਣਾ ਪਤਾ ਨਹੀਂ ਪੈਣਾ, ਪਹਿਲਾਂ ਹਾੜ ਸੁੱਕਾ ਲੰਘ ਗਿਆ, ਹੁਣ ਸੌਣ ਚੱਲਦਾ, ਹੁਣ ਇਹਦਾ ਪਤਾ ਨਹੀਂ। ਬਾਕੀ ਪਿਛਲੀ ਵਾਰ ਹੜ ਲਿਆਂਦੇ ਪਏ ਅਤੇ ਐਤਕੀ ਜਮ੍ਹਾਂ ਹੀ ਸੋਕਾ ਲਾ ਤਿਆ, ਬਾਕੀ ਮੋਟਰਾਂ ਬਾਈ ਚੱਲ ਰਹੀਆਂ, ਹੁਣ ਐਂਡ ਦੇ ਵਿੱਚ ਆ ਕੇ ਬਾਬਰ ਵੀ ਥੋੜ੍ਹਾ, ਕਿਉਂ ਗਰਮੀ ਬਹੁਤ ਹੋਈ ਵੀ, ਅੱਜ ਤਾਂ ਇੰਨੀ ਗਰਮੀ ਤਾਂ ਮੈਂ ਕਿਹਾ ਪਊਗਾ ਕਿਤੇ, ਹਲਕੇ ਹਲਕੇ ਇੱਧਰ ਫਿਰ ਠੰਡੀ ਜਿਹੀ ਹਵਾ ਆਈ ਹੈ 2-2.5 ਵਜੇ, ਮੈਂ ਕਿਹਾ ਵੀ ਕਿਤੇ ਵੀ ਹਨੇਰੀ ਕਰਕੇ ਹੁਣ ਕਿਤੇ ਪਾਵਰ ਨਹੀਂ, ਉਹਨੇ ਹਵਾ ਹਨੇਰੀ ਚੱਲ ਪਈ, ਉਹ ਚੰਡੀਗੜ੍ਹ ਵੱਲ ਮਾੜਾ ਮੋਟਾ ਪੈ ਲਿਆ ਹੋਣਾ, ਅਤੇ ਉਹਦੇ ਕਰਕੇ ਮਾੜੀ ਜਿਹੀ ਠੰਡੀ ਜਿਹੀ ਹਵਾ ਆਈ ਹੈ, ਨਹੀਂ ਤਾਂ ਗਰਮੀ ਪੂਰਾ ਹਾਲ ਹੋ ਗਿਆ। ਜਦੋਂ ਸਵੇਰੇ 8 ਵਜੇ ਉੱਥੇ 12 ਵਜੇ ਚੱਲ ਗਈ, ਅਤੇ 8 ਵਜੇ ਮੰਡ 'ਚ ਭੱਜ ਗਈ ਦੀ ਲਾਈਟ, ਅਤੇ ਉੱਧਰ ਨੱਕੇ ਨੁੱਕੇ ਕਰਕੇ ਸੈੱਟ ਫਿਰ ਆਇਆ ਤਾ, ਅਤੇ ਉਰੇ ਆਉਣੀ ਤੀ 12 ਵਜੇ, ਆਈ 3 ਵਜੇ, ਫਿਰ ਉਸ ਟਾਈਮ ਮੈਂ ਇਹਨੂੰ ਸਾਰੇ ਬੱਟਾਂ ਨੂੰ ਸਪਰੇਆਂ ਕਰਦੀਆਂ, ਵੈਸੇ ਉਰੇ ਬੱਟਾਂ 2-2 ਵਾਰ ਵੱਢ ਹੋ ਗਈਆਂ ਬਾਈ, ਕੱਖ ਸਾਡੇ ਬਹੁਤ ਹੁੰਦਾ ਬੱਟਾਂ 'ਤੇ, ਅਤੇ ਇਸ ਕਰਕੇ 2-2 ਵਾਰ ਵੱਢਦੇ, ਚਿੰਨਾ ਕਹਿੰਦਾ ਬਾਈ ਹੁਣ ਤਾਂ ਸਪਰੇ ਕਰਦੇ, ਫਿਰ ਵੱਢ ਕੇ ਹਟਦੇ ਹਾਂ, ਪਿੱਛੇ 2-3 ਦਿਨ ਫਿਰ ਕੱਖ ਇੰਨਾ ਚੱਲ ਪੈਂਦਾ, ਅੱਜ ਫਿਰ ਇਹਨੂੰ ਪਿੱਛੇ ਸਾਰੇ ਬੱਟਾਂ ਨੂੰ ਉਰੇ 5 ਪੰਪ ਲਾਏ, 2-2.5 ਵੱਜ ਗਏ ਮੈਨੂੰ ਇੱਥੇ। ਉਹ ਤੋਂ ਬਾਅਦ ਮੈਂ ਕਿਹਾ ਚਲੋ ਨਾਲੇ ਮੈਂ ਟਰੈਕਟਰ ਲੈ ਕੇ ਆਇਆ ਤਾਂ ਵੀ ਇਹਨੂੰ ਗਾਹਣ ਕਰ ਦੂੰਗਾ, ਪਰ ਜਦੋਂ ਲਾਈਟ ਨਹੀਂ ਗਈ ਮੈਂ ਕਿਹਾ ਚਲੋ ਪੰਪ ਲਾ ਦਿੰਦਾ, ਸਪਰੇ ਕਰਤੀ ਬਾਈ, 1-2 ਸਪਰੇ ਪੰਪ ਦੀ ਕਸਰ ਰਹਿ ਗਈ, ਉਹ ਵਿੱਚ ਵਾਲੀ ਵੱਟਾਂ ਰਹਿੰਦੀਆਂ ਉਹ ਬੜੇ ਖੇਤ 'ਚ, ਬਸ ਉਹਨਾਂ 'ਚ ਆਪਾਂ ਉਮੜੇ ਵੱਢ ਕੇ ਫਿਰ ਕਰ ਦੂੰਗੇ, ਨੋਮਨੀ ਗੋਲਡ ਲੈਂਦੀ ਹੋਈ ਹੈ ਉਹ ਮਾਰ ਦੂੰਗੇ, ਨਹੀਂ ਤਾਂ ਵਿਚਾਲੀ ਵਾਲੀ ਵੱਟਾਂ 'ਤੇ ਸਾਈਡਾਂ 'ਤੇ ਆਪਾਂ ਰਾਊਂਡ ਅਪ ਦਾ ਕੋਈ ਸਲਟ ਆਇਆ ਹੋਇਆ ਉਹ ਕਰੇ ਆ, ਬਾਕੀ ਦੇਖਦੇ ਹਾਂ। ਬਾਕੀ ਜੀਰੀ ਠੀਕ ਆ, ਤੁਹਾਨੂੰ ਉਹ ਵੀ ਦਿਖਾ ਦਿੰਦੇ, ਹਾਲੇ ਥੋੜ੍ਹਾ ਪਾਣੀ ਹੋਰ ਪੈ ਲਵੇ। ਆਹ ਸਾਈਡ ਉੱਚੀ ਹੈ ਇਹਦੀ, ਆਹ ਸਾਈਡ ਬਹੁਤ ਉੱਚੀ ਹੈ ਬਾਈ, ਪਰਾਂ ਨੀਵਾਂ ਬਹੁਤ ਹੈ। ਆਹ ਦੇਖੋ ਪਹਿਲਾਂ ਜਸ਼ਨ ਨੇ ਇੱਕਣੀ ਗਾਰੇ ਜੇ ਵਿੱਚੇ ਪਾੜਤਾ ਤਾ, ਅਤੇ ਬਾਕੀ ਜੀਰੀ ਠੀਕ ਹੈ, ਹੁਣ ਥੋੜ੍ਹਾ ਲੱਗਦਾ ਵੀ ਰੰਗ ਬਦਲਦੀ ਹੈ। 10 ਬਾਈ ਦੱਸਿਓ ਸਾਰੇ ਦੀ ਇੱਕਣਾ ਹੀ ਹੈ, 10 ਰੁਕ ਜਾਏਗੇ, ਚੱਲ ਰਹੀ ਹੈ ਇਸ ਵਾਰ, ਪਤਾ ਨਹੀਂ ਇਹਦਾ 10-20 ਦਾ ਮੌਸਮ ਨਹੀਂ ਹੈਗਾ, ਥੋੜ੍ਹੀ ਠੰਡ ਔਰ ਮੀਂਹ ਮੂੰਹ ਮੰਗਦੀ ਹੈ ਇਹ। ਬਾਕੀ ਜਿਹੜਾ ਵਿੱਚੇ ਕੱਖ ਦਿਖਦਾ ਸਿੱਧਾ ਸਿੱਧਾ, ਇਹ ਪਨੀਰੀ ਦੇ ਨਾਲੇ ਲੱਗਿਆ ਹੋਇਆ ਕਿਸੇ ਦਿਨ, ਹੁਣ ਇਹਦੀ ਵੀ ਸਮਝ ਲਓ ਗੁਡਾਈ ਕਰਨੀ ਆ, ਹੁਣ ਇਹ ਖੇਤ ਭਰ ਕੇ ਅਗਲੇ ਖੇਤ 'ਚ ਪੈ ਰਿਹਾ ਹੈ। ਉੱਧਰ ਪੀਟਰ ਨੇ ਚਲਾਈ ਹੋਈ ਆ, ਅਤੇ ਉਹ ਪੀਟਰ ਫਿਰਦਾ, ਉਹਨੇ ਦਵਾਈ ਪਾਈ ਆ, ਉਹ ਪਰਾਂ ਕਿਆਰੇ 'ਚ ਉੱਪਰਲੇ 'ਚ। ਪਿਛਲੀ ਵਾਰ ਬਾਈ ਤੁਸੀਂ ਦੇਖਿਆ ਉਰੇ ਕਿੰਨਾ ਕਿੰਨਾ ਪਾਣੀ, ਤਾਂ ਪਿੰਡ ਤੱਕ ਪਾਣੀ ਉਹ ਪਾਣੀ ਦਿਖਦਾ ਤਾ ਇਹਨਾਂ ਦਿਨਾਂ 'ਚ, ਇੰਨਾ ਪਾਣੀ ਹੋਇਆ ਹੋਇਆ ਤਾ। ਚਲੋ ਬਾਈ ਕਰਦੇ ਇਹਦੇ ਗਾਹਣ, ਫਿਰ ਪਰਾਂ ਵੀ ਮਾੜਾ ਮੋਟਰ ਦਾ ਪਾਣੀ ਦੇਖ ਕੇ ਆਉਣਾ ਦੂਜੇ ਪਾਸੇ। ਲਓ ਬਾਈ ਹੋ ਗਿਆ ਪੱਧਰਾ ਆ, ਅਤੇ ਮਾੜੀ ਮੋਟੀ ਜਿਹੜੀ ਤੱਗੇ ਨੂੰ ਕਹੀ ਨਾਲ ਕਰਤੀ ਹੈ ਲੋਟ, ਹੁਣ ਕਿ ਉਹਨਾਂ ਨੇ ਸਾਜਰੇ ਲਾ ਦੇਣਾ ਜਿੱਥੇ ਕਿਤੇ ਮਾੜਾ ਹੋਇਆ, ਇਹਨੂੰ ਕਰਦੇ ਹਾਂ ਸੈੱਟ। ਮੋਟਰ ਚੱਲਦੀ ਹੈ, ਦੋਨੋਂ ਮੋਟਰਾਂ ਚੱਲਦੀਆਂ,
ਥੋੜ੍ਹਾ ਥੋੜ੍ਹਾ ਪਾਣੀ ਛੱਡਿਆ ਹੋਇਆ। ਲਓ ਬਾਈ ਅੱਜ ਨਿਬੜ ਗਿਆ ਕੱਦੂ ਦਾ, ਅਤੇ ਹੁਣ ਕੱਲ੍ਹ ਨੂੰ ਦੇਖਦੇ ਹਾਂ ਟਰੈਕਟਰ ਧਵਾਉਂਦੇ ਹਾਂ। ਬਾਕੀ ਇਹਦੇ ਕਰਕੇ ਰੁਕਿਆ ਹੋਇਆ ਤਾਂ ਹੈ ਤੀ ਬਾਈ, ਬਹੁਤ ਉੱਚੀ ਨੀਵੀਂ ਤੱਗੀ ਜੀ, ਅਤੇ ਹੁਣ ਐਨ ਪੱਧਰਾ ਹੋ ਗਿਆ, ਤੂਰਾ ਮਾਰਤਾ ਇਹਨੂੰ ਸਵਾਗਾ, ਅਤੇ ਐਨ ਲੈ ਲਈ ਬਣ ਕੇ। ਬਾਕੀ ਆਪੇ ਸੈਟਰ ਵੀ ਦੇਖੋ, ਐਨ ਪੱਧਰਾ ਖੜਿਆ ਪਾਣੀ, ਐਨ ਕਰਤੇ ਇਹਦੇ ਖੁੰਜੇ ਖੰਜ ਦੇ ਲੋਟ ਬਾਈ, ਐਨ ਜਿਹੜਾ ਉੱਚੀ ਨੀਵੀਂ ਦਿਖ ਰਹੀ ਤੀ ਕਿਤੇ ਕਹੀ ਫੇਰਤੀ, ਓਵਰਫਲੋ ਕਰਤਾ ਇਹਦਾ ਇੱਧਰ ਨੂੰ, ਬਾਕੀ ਦਾ ਨੱਕਾ ਬੰਦ ਕਰਤਾ, ਓਵਰਫਲੋ ਕਰਤਾ ਆਹ ਸਾਰਾ ਭਰ ਕੇ, ਆਹ ਓਵਰਫਲੋ ਆਪਣਾ ਇੱਧਰ ਆ ਜੂਗਾ ਇਹਦੇ 'ਚ। ਅਤੇ ਦੇਖਦੇ ਹਾਂ ਹੁਣ ਆਹ ਮੋਟਰ ਆਪਣੀ ਜਿਹੜੀ ਆਹ ਚੱਲਦੀ ਹੈ, ਇਹਨੂੰ ਪੀਟਰ ਨੂੰ ਦੇ ਦਿੰਦੇ, ਉੱਧਰ ਲਾਲ ਵੇ ਪੀਟਰ ਆਪਣੇ ਖੇਤ ਨੂੰ, ਅਤੇ ਆਪਣੀ ਇਹਦੇ ਨਾਲ ਉਹ ਭਰ ਜਾਣਾ ਪਰਲੇ ਹੇਠਾਂ ਵਾਲੇ 'ਚ ਹੈਗਾ ਇਹ। ਬਾਕੀ ਕੱਲ੍ਹ ਨੂੰ ਦੱਸਿਆ ਹੋਇਆ, ਦੇਖਦੇ ਹਾਂ ਜੇ ਪੈਂਦਾ ਮੀਂਹ, ਮੀਂਹ ਕਰਕੇ ਬਾਈ ਜੀਰੀਆਂ ਰੁਗੀਆਂ ਹੋਈਆਂ, ਉੱਕਣਾ ਚੱਲ ਨਹੀਂ ਰਹੀਆਂ, ਬੂਟਿਆਂ ਬੱਟਿਆਂ ਨੂੰ ਵੀ ਪਾਣੀ ਲਾਉਣਾ, ਇਸੇ ਕਰਕੇ ਇਹਨੂੰ ਨਹੀਂ ਹੱਲੇ ਲਾ ਰਿਹਾ ਵੀ ਚਲੋ ਮੀਂਹ ਦੇਖ ਲਈਏ। ਸਾਰੇ ਬੂਟੇ ਆ ਫਸਲ ਆਪਣੀ ਪਾਣੀ ਮੰਗਦੀ ਆ ਹੁਣ, ਵਿੱਚ ਚਰੀ ਬਾਜਰਾ ਜੋ ਵੀ ਹੈ, ਉੱਧਰ ਗੰਨੇ ਨੂੰ ਨਹੀਂ ਲਾਇਆ ਵੀ ਚਲੋ ਇੱਕ ਵਾਰ ਹੁਣ ਪਹਿਲਾਂ ਮੀਂਹ ਦੇਖ ਲਈਏ, ਕਿਉਂ ਜ਼ਿਆਦਾ ਪਾਣੀ ਲਾਇਆ ਤਾਂ ਫਿਰ ਉਹ ਜੇ ਜ਼ਿਆਦਾ ਮੀਂਹ ਮੂੰਹ ਪੈ ਗਿਆ ਉਹ ਬੂਟਿਆਂ ਨੇ ਨਾ ਪੀਲੇ ਪੀਲੇ ਹੋ ਜਾਣਾ, ਜਿਹੜੇ ਹੁਣ ਤੁਹਾਨੂੰ ਉਹ ਛੋਟੇ ਹਰੇ ਦਿਖਦੇ ਆ ਨਾ, ਉਹਨਾਂ ਨੇ ਪੀਲੇ ਪੀਲੇ ਹੋ ਜਾਣਾ ਪੱਤਿਆਂ ਨੇ, ਜ਼ਿਆਦਾ ਪਾਣੀ ਵੀ ਨਹੀਂ ਝੱਲਦੇ ਹੈਗੇ ਇਹ, ਜਿਹੜੇ ਛੋਟੀ ਹਨੇਰੀ ਹੁੰਦੀ ਆ। ਐਡੇ ਬੜੇ ਹੋ ਜਾਣ ਫਿਰ ਕੋਈ ਫਰਕ ਨਹੀਂ ਹੈਗਾ, ਜਦ ਛੋਟੇ ਹੁੰਦੇ ਆ ਉਹਨਾਂ ਨੂੰ ਥੋੜ੍ਹੇ ਪੀਲੇ ਪੀਲੇ ਪੱਤੇ ਹੋ ਜਾਂਦੇ ਆ। ਤਾਂ ਹੁਣ ਬੱਟਾਂ 'ਤੇ ਵਿਹਲੇ ਹੋ ਕੇ ਕਿਸੇ ਦਿਨ ਵਿੱਚ ਤੋਂ ਵੀ ਆਹ ਜਿਹੜੀ ਤੱਗੀ ਹੈ ਇੱਕਣਾ ਕੱਢੀਏ, ਢਾਈ ਥੱਲੇ ਯੂਰੀਏ ਦੇ ਪੈਲੇ ਬਾਈ 'ਚ। ਬਾਕੀ ਦੱਸਿਓ ਜਿਨ੍ਹਾਂ ਨੇ ਪਿਛਲੇ ਸਾਲ ਲਾਈ ਹੋਈ ਸੀ 10, ਵੀ ਇੱਕਣਾ ਹੀ ਰਹਿੰਦੀ ਹੈ ਜਾਂ ਫਿਰ ਥੋੜ੍ਹਾ ਜਿਹਾ ਮੀਂਹ ਕਰਕੇ ਪਿਛਲੀ ਵਾਰ ਰੰਗ ਰੁੰਗ ਦਾ ਫਰਕ ਹੋਵੇ ਤਾਂ ਵੀ ਦੱਸਿਓ, ਫਿਰ ਵੀ ਥੋੜ੍ਹਾ ਰੰਗ ਹੁਣ ਤਾਂ ਠੀਕ ਹੋ ਗਿਆ, ਨਹੀਂ ਤਾਂ ਜ਼ਿਆਦਾ ਪੀਲੀ ਪੀਲੀ ਜਿਹੀ ਉਹ ਝਾਕਦੀ ਤੀ ਇਹ। ਚੱਲ ਪਿਆ ਨੱਕਾ ਹੁਣ, ਹੁਣ ਭਰ ਜੂਗਾ ਖੇਤ, ਇਹ ਬਿਲਕੁਲ ਸੁੱਕਾ ਪਿਆ, ਤਾਂ ਪਰਲੀ ਸਾਈਡ ਸੁੱਕਾ ਪਿਆ ਹੋਣਾ ਤੁਹਾਨੂੰ ਦਿਖਾਉਣਾ, ਤੇੜਾਂ ਪਾਟੀਆਂ ਪਈ ਤੀਆਂ। ਆਹ ਵੀ ਹੁਣ ਪਾਣੀ ਮੰਗਦਾ ਬਾਈ, ਚਰੀ ਬਾਜਰਾ ਵੈਸੇ ਸਿੱਧਾ ਸਿੱਧਾ ਹੀ ਹੁੰਦਾ ਅੱਜ ਵੱਡੇ ਬੂਟਿਆਂ 'ਚ, ਚਲੋ ਜਿਹੜਾ ਹੋਊਗਾ ਉਹ ਸਹੀ, ਦੇ ਬਹਾਨੇ ਰੇਹੜੂ ਪਈ ਜਾਣਾ। ਪਹਿਲਾਂ ਚਰੀ ਜੰਮੀ ਲੋਟ ਤੀ ਪਰ ਸੁੰਡੀ ਨੇ ਖਾ ਲਈ ਬਾਈ, ਗਰਮੀ ਬਹੁਤ ਆ ਇਹਦੇ ਕਰਕੇ। ਪਹੁੰਚ ਗਿਆ ਖੁੰਝੇ ਬਾਈ, ਇੱਕਣਾ ਪਿਆ ਤਾ ਖੇਤ ਜਮਾਂ ਹੀ ਸੁੱਕਾ, ਮੀਂਹ ਕਰਕੇ ਪਹਿਲਾਂ 2 ਦਿਨ ਪਾਣੀ ਲਾਇਆ ਵੀ ਚਲੋ ਮੀਂਹ ਦੱਸਿਆ ਹੋਇਆ, ਮੀਂਹ ਪਿਆ ਨਹੀਂ ਫਿਰ ਲਾਈਟ ਨਹੀਂ ਆਈ, ਸੁੱਕ ਗਿਆ ਤਾਂ, ਪਰ ਚਲੋ ਇਹਨਾਂ ਖੇਤਾਂ ਨੂੰ ਕੋਈ ਫਰਕ ਨਹੀਂ ਹੈਗਾ, ਇਹਨਾਂ ਨੂੰ ਵਧੀਆ ਕਣੀ ਸਮਾਨ ਸੁੱਕ ਜਗ੍ਹਾ ਚੱਲੇ ਤਾਂ ਠੀਕ ਆ, ਨਹੀਂ ਤਾਂ ਗੋਡੇ ਗੋਡੇ ਦੇ ਵੱਧ ਲੱਤ ਜਾਂਦੀ ਇਹਦੇ ਥੱਲੇ। ਬਾਜਰੇ ਦੇ ਰਹਿ ਗਏ 3 ਕਿਆਰੇ ਆਪਣੇ, ਇੱਕ ਉਹ ਰਹਿ ਗਿਆ, 2 ਇੱਧਰ, ਫਿਰ ਚਰੀ ਨੂੰ ਵੱਡਾ ਲੱਗ ਜਾਣਾ, ਫਿਰ ਉਹ ਤੋਂ ਬਾਅਦ ਉਹ ਦੂਈ ਚਰੀ ਨੂੰ ਰੇਹੜੂ ਪਾ ਕੇ ਤਿਆਰ ਕਰੀਏ। ਘੁੰਮ ਚੱਲਿਆ ਪਾਣੀ, ਬਸ ਇਹਦਾ ਆਟੋਮੈਟਿਕ ਬੰਦ ਕਰਦੇ ਹਾਂ, ਜਦੋਂ ਲਾਈਟ ਭੱਜ ਜੂਗੀ ਫਿਰ ਆਪਣਾ ਮੋਟਰ ਨਹੀਂ ਚੱਲੂਗੀ ਮੁੜ ਕੇ। ਆ ਜਿਹੜਾ ਬੁੱਝਾ ਲੱਗੇ ਵੇ ਬਾਈ ਬਈਆਂ ਨਹੀਂ ਲਾਏ ਹੋਏ ਨਾਲ ਇਹਦੇ ਨਾਲ ਪਨੀਰੀ ਵਿੱਚ ਕੱਖ ਤਾ, ਉਹਦੇ ਕਰਕੇ ਲੱਗ ਜਾਂਦਾ ਬਾਈ ਬੁੱਝਾ।
ਲੋ ਬਾਈ ਦੂਜੇ ਪਾਸੇ ਆ ਗਿਆ ਪਾਣੀ ਦੇਖਣ, ਇੱਧਰ ਮੋਟਰ ਚੱਲਦੀ ਤੀ। ਆਹ ਨੱਕਾ ਸਾਡਾ ਖਰਾਬ ਹੋ ਗਿਆ ਇਹ, ਇਹ ਤੋਂ ਬਾਅਦ ਅੱਗੇ ਪਾਣੀ ਉਹ ਨੱਕੇ 'ਚ ਬਿਲਕੁਲ ਪਾਣੀ ਜਾਂਦਾ, ਨਾਲੇ ਨੱਕਾ ਖੁੱਲ੍ਹਾ ਹੈ। ਇੱਥੇ ਤੋਂ ਖਰਾਬ ਹੋ ਗਿਆ ਪਾਈਪ ਲਾਈਨ ਜਿਹੜੀ ਇੱਧਰ ਪਾਈ ਹੋਈ ਆ। ਹੁਣ ਇਹ ਜੀਰੀ ਤੋਂ ਬਾਅਦ ਪਤਾ ਲੱਗੂਗਾ ਵੀ ਇਹ ਤੋਂ ਬਾਅਦ ਕੋਈ ਖਰਾਬ ਹੋਇਆ, ਕਿਆ ਚੱਕਰ ਹੋਇਆ। ਇਹ ਤੋਂ ਬਾਅਦ ਪਾਣੀ ਅੱਗੇ ਜਾਂਦਾ ਹੀ ਨਹੀਂ ਬਾਈ, ਇੱਥੇ ਬੰਦ ਹੋ ਗਿਆ। ਇੱਥੇ ਵੀ ਇੰਨੇ ਇੰਨੇ ਕੁ ਨਿਕਲਦਾ, ਵੱਧ ਨਹੀਂ ਨਿਕਲਦਾ, ਨਾਲੇ ਆਹ ਇੱਕਣਾ ਹੀ ਹੋਇਆ ਹੋਇਆ, ਸਾਰਾ ਚਵੱਚਾ ਜੀ ਹੇਠਾਂ ਨੂੰ ਬੈਠ ਗਿਆ। ਇਹਨੂੰ ਪੱਟ ਕੇ ਦੇਖੇਂਗੇ, ਨਹੀਂ ਤਾਂ ਟੋਟਾ ਪੱਟ ਗਿਆ। ਆਹ ਨੱਕਾ ਚੱਕੇ ਦੇਣਾ ਸਿੱਧਾ, ਬਸ ਉਹੀ ਰੱਖਣਾ, ਉਹ ਇੱਕੋ ਪਿੱਛੇ ਹੈਗਾ ਏ। ਬਾਕੀ ਸੁਰਿੰਦਰ ਮੇਰੇ ਨਾਲ ਹੈ ਬੈ। ਸੁਰਿੰਦਰ, ਆਹ ਮੱਛਰ ਦੀ ਆਵਾਜ਼ ਹੈ, ਹੈਂ ਬੱਲੇ ਬੱਲੇ ਮੱਛਰ ਇੰਨਾ ਗੂੰਜਾਂ ਪਾ ਰਿਹਾ ਏ। ਆਹ ਦੇਖੋ ਬਾਈ ਮੱਛਰ ਕਿੰਨਾ ਹੋਇਆ ਹੋਇਆ, ਆਹ ਦੇਖੋ ਕੈਮਰੇ ਮੂਰੇ ਕਿਵੇਂ ਘੁੰਮਦਾ, ਪੂਰਾ ਗਾਹ ਪਾਇਆ ਪਿਆ। ਅਤੇ ਬਾਕੀ ਜੀਰੀ ਬਾਈ ਜਿਹੜੀ ਪਹਿਲਾਂ ਲੱਗੀ ਉਹ ਤਾਂ ਬਹੁਤ ਵਧੀਆ, ਪਰ ਤੱਗੀਆਂ ਜਿਹਨੇ ਕੰਮ ਖਰਾਬ ਕਰਤਾ, ਰੂਹ ਖੁਸ਼ ਜੀ ਨਹੀਂ ਹੋਈ। ਚਲੋ ਕੋਈ ਨਹੀਂ, ਬਾਕੀ ਜਿਹੜੀ ਵਧੀਆ ਲੱਗ ਹੋਈ ਵੀ ਆ ਉਹਦੇ ਨੂੰ ਦੇਖ ਕੇ ਵਧੀਆ ਲੱਗਦਾ, ਅਤੇ ਉਹ ਮੋਟਰ ਚੱਲਦੀ ਆ। ਮੈਂ ਚਲੋ ਇੱਧਰ ਵੀ ਗੇੜਾ ਮਾਰ ਲਈਏ। ਅੱਛਾ ਹੁਣ ਇਹ 'ਚ ਰੇਹ ਪਾਉਣਾ ਨਹੀਂ ਹੁਣ, ਹਾਂ ਖੁਰਾਕ ਜ਼ਿਆਦਾ ਮਿਲ ਜਾਣੀ ਫਿਰ, ਹੈ ਨਾ। ਸਹੀ ਗੱਲ। ਬਾਕੀ ਬਾਈ ਅੱਜ ਕਿੰਨੀ ਹੋ ਗਈ, 16, ਕੱਲ ਦੇ ਦਿਨ ਲਾਤੀ ਤੀ ਕਿ ਅੱਜ ਦੇ ਦਿਨ ਲਾਤੀ ਤੀ ਇਹ, 16 ਤਰੀਕ ਨੂੰ ਲਾਈ ਤੀ ਕਿ 17 ਨੂੰ, ਹਾਂ 16-17 ਕੁ ਨੂੰ ਲਾਈ ਤੀ, ਹੈ ਨਾ। ਕੱਲ ਨੂੰ ਮਹੀਨਾ ਹੋ ਜਾਣਾ ਇਹਨੂੰ। ਵੈਸੇ ਤਾਂ ਚੀਰੀ ਤਾਂ ਵਧੀਆ ਚੱਲੀ ਤੀ, ਐਨ ਵਧੀਆ ਹੋਈ ਪਈ ਆ ਬਾਈ। ਬਾਕੀ ਆ ਡੱਕੇ ਲਵਾ ਦੇ ਤੇ ਫਿਰ ਦੁਬਾਰਾ ਤੋਂ ਜਿੱਥੇ ਤੱਗੀਆਂ ਪਈ ਤੀਆਂ। ਸੁਰਿੰਦਰ ਦੀ ਵੀ ਗੱਲ ਠੀਕ ਆ ਵੀ ਇਹ ਕੋਈ ਬਿਮਾਰੀ ਉਹ ਤੀ ਬਾਈ ਜਿਹੜੀ ਅੱਕਣਾ ਹੋਈ ਹੋਈ ਆ ਇਹ। ਕਹਿੰਦਾ ਵੀ ਜੇ ਬੰਦਾ ਡੂੰਘਾ ਲਾਉਂਦਾ ਤਾਂ ਫਾਂਟਾਂ ਦੀ ਫਾਂਟਾਂ ਸਿੱਧੀਆਂ ਹੋਣੀ ਤੀਆਂ, ਅਤੇ ਇਹ ਹੈਗਾ ਸਾਰੇ ਕਿਤੇ ਟਾਵਾਂ ਟਾਵਾਂ, ਵੀ ਇਹ ਕੋਈ ਚੱਕਰ ਤਾਂ ਇਸ ਕਰਕੇ ਹੋ ਗਿਆ। ਸੁਰਿੰਦਰ ਕੱਖ ਬਹੁਤ ਲਾਇਆ ਤੇਰੇ ਬੰਦਿਆਂ ਨੇ, ਹੁਣ ਇਹ 'ਚ ਵੀ ਘੁੰਮਣਾ ਪੈਣਾ। ਹੁਣ ਇਹ 'ਚ ਦੇਖੋ ਤੁਸੀਂ ਆਪੇ ਲਾ ਲਓ, ਇਹ ਪਨੀਰੀ ਸਾਫ਼ ਤੀ, ਇਹਦੇ 'ਚ ਕੱਖ ਨਹੀਂ ਹੈਗਾ। ਨਾਲੇ ਮੈਂ ਇਹਨਾਂ ਨੂੰ ਪੱਟਣ ਲੱਗੇ ਵੀ ਕਹੀ ਗਿਆ, ਉਹ ਤੋਂ ਬਾਅਦ ਵੀ ਕਹੀ ਗਿਆ, ਨਹੀਂ ਕਹਿੰਦਾ ਕੋਈ ਗੱਲ ਨਹੀਂ ਜੇ ਪੱਟ ਹੋ ਗਿਆ ਜਾਂ ਤਾਂ ਜੀਰੀ ਲਾਉਂਗੇ ਜਾਂ ਤਾਂ ਡੱਕਾ ਆਪੇ ਛੱਡ ਦੂੰਗੇ ਸੀ। ਆਹ ਦੇਖ ਲਾ ਛੱਡਿਆ ਹੋਇਆ, ਤੂੰ ਛੱਡ ਦਿੰਦਾ ਹੋਰ ਬੰਦਿਆਂ ਨੂੰ ਨਹੀਂ ਪਤਾ ਹੈਗਾ, ਹੈ ਕਿ ਨਹੀਂ, ਸਾਰਾ ਕੱਖ ਲਾਇਆ ਹੋਇਆ ਦੇਖ ਲੈ। ਇਹ ਹੁਣੇ ਚੱਕ ਆਉਣਾ, ਨਹੀਂ ਤਾਂ ਫਿਰ ਉਹ ਹੋ ਜਾਣਾ ਬੀਜ। ਆਹ ਵੀ ਉਹੀ ਹੈ, ਇਹ ਠੀਕ ਹੈ ਫਿਰ ਵੀ, ਇਹਦੇ ਇੱਧਰ ਇੱਧਰ ਤੱਗੀ ਜਿਹੀ ਹੋ ਗਈ ਤੀ, ਹੈਂ ਹਾਂ ਬਾਕੀ ਠੀਕ ਹੈ ਸਰ। ਇਹਦੇ 'ਚ ਆਹ ਇੱਥੇ ਕਿਦਾ ਇਹ ਰਹਿੰਦੀ ਹੈ, ਇਹ ਕਹਿੰਦਾ ਮੈਂ ਫੇਰ ਲਾ ਦਿੰਦਾ। ਬਾਕੀ ਉਹ ਗੱਲ ਤਾਂ ਨਹੀਂ ਬਣਦੀ ਹੈਗੀ ਦੂਜੀ ਵਾਰ ਲੱਗੀ ਦੀ, ਚਲੋ ਐਂ ਵੀ ਖੇਤ ਜਿਹਾ ਭਰਿਆ ਆਊਗਾ, ਮੋਟਰ ਉਹਦੀ ਚੱਲਦੀ ਆ, ਚੱਲਣ ਦੀ ਇਹ ਹੁਣ ਭੱਜੇ ਜਾਣੀ, ਹੈ ਨਾ। ਸਹੀ ਗੱਲ ਹੈ। ਲਓ ਬਾਈ ਕਿਤੇ ਕਿਤੇ ਨਗੈਲੀ ਕਰ ਦਿੰਦੇ, ਦੇਖ ਲਾ ਫਾਂਟ ਇੱਕਣੇ ਆ ਦੇਖ ਐਨ ਲੈਣ ਦਿਖਦੀ ਹੈ, ਦੇਖ ਲੈ ਸੁਰਿੰਦਰ, ਆਹ ਦੇਖ ਲੈ ਹੋ ਜਾਂਦਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇੰਨੀ ਕੁ ਤਾਂ ਕੋਈ ਚੱਕਰ ਨਹੀਂ, ਜਿਹੜਾ ਹੋਰ ਉਹਦਾ ਹੋ ਜਾਂਦਾ। ਕੱਢ ਟਾਈਮ ਫਿਰ ਕਿਸੇ ਦਿਨ ਆ ਵੀ ਕੱਢੀਏ ਬੁੱਝੇ ਜਿਹੜੇ ਲਾਏ ਆ। ਬਸ ਠੀਕ ਆ, ਫਿਰ ਤਾਂ ਘੁੰਮਦੇ ਹਾਂ ਬਾਈ, ਅਸੀਂ ਵੀ ਇੰਨੇ ਵੱਟਾਂ ਵੁੱਟਾਂ ਦਾ ਨਿਬੇੜ ਲਈਏ, ਹੋਰ ਹੁਣ ਤਾਂ ਸਪਰੇਅ ਹੀ ਮਾਰਨੇ ਵੱਟਾਂ 'ਤੇ। ਮੀਂਹ ਬਾਈ ਅੱਜ ਲੰਘ ਗਿਆ, ਸਾਰਾ ਦਿਨ ਲੰਘ ਗਿਆ,
ਮੋਰ ਤਾਂ ਬੋਲਦੇ ਆ ਵੀ ਮੀਂਹ ਆਵੇ, ਹੈਂ ਮੀਂਹ ਪੈਂਦਾ ਨੀ, ਹੈਂ ਬਹੁਤ ਗਰਮੀ ਤੇ ਅੱਜ ਤਾਂ ਬਾਈ ਦੁਪਹਿਰੇ ਬੁਰਾ ਹਾਲਤ ਆ। ਪੰਪ ਸਪਰੇ ਕਰਦੇ ਮੇਰਾ ਨਾਸ ਵੱਜ ਗਿਆ, ਮਾਂ ਕਰਨਾ ਤਾਂ ਸਵੇਰੇ ਤਾਂ ਸਵੇਰੇ ਬੱਦਲ ਚੜਿਆ ਬਾਈ ਇੱਧਰ ਰੋਪੜ ਵੱਲ ਤੋਂ, ਮੈਂ ਕਹਿ ਲਿਆ ਵੀ ਮੀਂਹ ਆ ਜਾਣਾ, ਸਾਰੀ ਸਪਰੇ ਕਰੀ ਹੋਈ ਬੇਕਾਰ ਜਾਊਗੀ। ਉਹ ਤੋਂ ਬਾਅਦ ਧੁੱਪ ਜਿਹੇ ਲਸ਼ਕੋਰ ਜੀ ਆ ਗਈ ਮਾੜਾ ਜਿਹਾ ਹੋ ਗਈ, ਮੈਂ ਕਿਹਾ ਹੁਣ ਨਹੀਂ ਪੈਂਦਾ ਵੀ ਹੁਣ ਆਪਾਂ ਸਪਰੇ ਹੀ ਕਰਦੇ ਹਾਂ। ਸਪਰੇ ਕਰਦੇ ਕਰਦੇ ਨੂੰ 2:30 ਵੱਜ ਗਏ, ਲੱਗਿਆ ਮੈਂ 9:30 ਵਜੇ ਦੇਖ ਕੇ ਵੀ ਮੀਂਹ ਵੀ ਹੁਣ ਲੱਗਦੇ ਨਹੀਂ ਸਾਰ ਵੀ ਕਰ ਦਿੰਦੇ। ਆਹ ਚੱਲਦੀ ਹੈ ਬਾਈ ਮੋਟਰ, ਇੱਥੇ ਪਾਣੀ ਦੇਖੋ, ਇੱਥੇ ਪੂਰਾ ਪਾਣੀ ਨਿਕਲਦਾ। ਇਹ ਤੋਂ ਬਾਅਦ ਉਹ ਉੱਥੇ ਉਹ ਬੈਠ ਗਈ, ਉਹੀ ਲੈਣ ਬੰਦ ਕਰ ਦੇਣੀ, ਪੈਪੇ ਪਾ ਦੇਣਾ ਉਹਨਾਂ ਟੁੱਟਾ ਸਿੱਧਾ ਅੱਗੇ ਨੱਕੇ ਕੋਲ, ਜ਼ਿਆਦਾ ਲੋਡ ਉਹ ਮੋਟਰ 'ਤੇ ਪਿਆ ਹੋਇਆ। ਇਸ ਮੋਟਰ ਨੂੰ ਤਾਂ ਸਾਰਾ ਹੀ ਆਪਣਾ ਆਹੀ ਹੈ, ਆਪਣੇ ਮੰਨ ਲਓ ਵੀ 5-6 ਇਹ 2 ਆਹ ਮੰਨ ਲਓ ਵੀ 8 ਕਿੱਲੇ ਆ ਇਹਨੂੰ, ਉਹਨੂੰ ਜ਼ਿਆਦਾ ਪੈ ਗਿਆ ਹੁਣ। ਉਹਨੂੰ ਚਲੋ ਇੰਨਾ ਬਚਾਓ ਹੈ ਵੀ ਉਹ ਉੱਧਰ ਗੰਨੇ ਦੇ ਆ 3-4 ਕਿੱਲੇ, ਬਾਕੀ ਚਰੀ ਦੇ ਆ ਮੇਰੇ 2 ਕਿੱਲੇ, ਉਹਦੇ ਕਰਕੇ ਥੋੜ੍ਹਾ ਜਿਹਾ ਬਰਾਬਰ ਆ ਕਿ ਜੀਰੀ ਤਾਂ ਬਰਾਬਰ ਆ ਦੋਨਾਂ ਨੂੰ, ਪਰ ਐਂ ਵੀ ਉਹਦਾ ਹੁਣ ਪਾਣੀ ਉੱਪਰ ਨੂੰ ਘੁੰਮ ਕੇ, ਪਹਿਲਾਂ ਖਾਲ ਬਣਾਈ ਹੋਈ ਅਤੇ ਉਹ ਚੱਕਤੀ, ਹੁਣ ਗੰਨੇ 'ਚ ਨੂੰ ਘੁੰਮ ਕੇ ਆਉਂਦਾ ਉੱਧਰ। ਲਓ ਬਾਈ ਸਾਰੇ ਮੋਰ ਦੇਖ ਲਓ, ਨਹੀਂ ਤਾਂ ਇੱਥੇ ਫਿਰਦੇ ਰਹਿੰਦੇ ਆ, ਹੁਣ ਆਪਣੇ ਆਪਣੇ ਟਿਕਾਣੇ 'ਤੇ ਚਲੇ ਗਏ। ਮੀਂਹ ਪੈ ਗਿਆ ਇਹਨੇ ਹੋਰ ਹਰਾ ਭਰਾ ਸੰਘਣਾ ਹੋ ਜਾਣਾ ਬੰਨ ਕੋਲ ਦੇ ਇੱਥੇ। ਦੇਖੋ ਬਾਈ ਪੱਕਾ ਹੁਣ ਇਹਨੂੰ ਆਇਆ ਤਾਂ ਵੀ ਇਹ ਬੰਨ ਪੱਕਾ ਆਉਣਾ, ਲੁੱਕ ਪੈਣੀ ਇਹਦੇ ਪਰ ਵੀ ਪੱਕਾ ਹੋਊਗਾ। ਇੱਕ ਵਾਰ ਬਸ ਕਹਿ ਕੇ ਮੁੜ ਕੇ ਹੁਣ ਫਿਰ ਨਹੀਂ ਪੁੱਛਿਆ, ਹੁਣੇ 15-20 ਦਿਨ ਪਹਿਲਾਂ ਮਹੀਨੇ ਦੀ ਗੱਲ ਹੋਣੀ ਆ, ਮੈਂ ਕਹਿੰਦਾ ਮਹੀਨੇ ਦੀ ਵੀ ਨਹੀਂ ਹੈਗੀ, ਜਦ MLA ਕਹਿੰਦੇ ਵੀ ਪੈਸੇ ਆ ਗਏ ਬੰਨ ਪੱਖੇ ਕਰਾਉਣ ਵਾਲੇ, ਕੁਛ ਨਹੀਂ ਹਾਲੇ ਇਹਦਾ ਕਰਿਆ ਹੈਗਾ, ਉੱਕਣਾ ਹੀ ਪਿਆ ਇਹਦਾ ਤਾਂ ਚਲੋ ਕਰਨਾ ਹੀ ਕਿਹਾ ਸੁਰਤਾਂ, ਪਰ ਜਿਹੜਾ ਬੰਨ ਆਪਣਾ ਪਿਛਲੀ ਵਾਰ ਟੁੱਟਿਆ ਉਹ ਵੀ ਨਹੀਂ ਪੱਕਾ ਕਰਿਆ ਹਾਲੇ। ਲੱਗ ਗਿਆ ਬਾਈ ਤਕਰੀਬਨ 1% ਕੰਮ ਰਹਿ ਗਿਆ, ਬਾਕੀ ਦਾ ਲੱਗ ਗਿਆ। ਹੈਂ ਹੈਂ ਸੁਰਿੰਦਰ, ਜੀਰੀਆਂ ਮੱਕੀ ਮੁੱਕੀ ਵਾਲੀਆਂ ਰਹਿ ਗਈਆਂ ਬਸ ਬਾਈ, ਹੋਰ ਸਾਰੀਆਂ ਲੱਗ ਗਈਆਂ। ਹਾਂ ਕਿਸੇ ਪਨੀਰੀ ਵਾਲਾ, ਹੈਂ ਚਲੋ ਬਾਈ ਠੀਕ ਹੈ ਜੀ, ਮਿਲਦੇ ਹਾਂ ਹੁਣ ਫਿਰ ਕੱਲ੍ਹ ਨੂੰ ਕਿਸੇ ਹੋਰ ਵੀਡੀਓ 'ਚ। ਮੱਛਰ ਬਹੁਤ ਹੋ ਗਿਆ ਹੁਣ ਅੱਖਾਂ ਵਿੱਚ ਪੈਣ ਲੱਗ ਗਿਆ ਬੰਦਾ, ਮੈਂ ਕਹਿੰਦਾ ਜੇ ਬਾਹਰ ਇੱਥੇ ਬਹਿ ਜਾਵੇ ਖਾ ਲਵੇ ਇਹ। ਹੈਂ ਲਿਫਾਫੇ ਦਾ ਬਾਈ ਫਾਇਦਾ ਬਹੁਤ ਆ ਦੇਖੋ, ਨਹੀਂ ਤਾਂ ਕੱਖ ਹੁੰਦਾ ਤੁਰੇ ਨਹੀਂ ਹੁੰਦਾ, ਹੁਣ ਐਨ ਵਧੀਆ ਨਾਲੇ ਤੱਕ ਜੀਰੀ 'ਚ ਨਹੀਂ ਕੱਖ, ਨਾਲੇ ਐਨ ਵਧੀਆ ਵੱਟ 'ਤੇ ਤੁਰ ਹੁੰਦਾ, ਜਿੰਨਾ ਮਰਜ਼ੀ ਮੀਂਹ ਪੈ ਲਵੇ ਇਹਨੇ ਟੁੱਟਣਾ ਨਹੀਂ ਹੈਗਾ, ਵੱਟ ਬਚੀ ਰਹਿੰਦੀ ਹੈ। ਪਿਛਲੀ ਵਾਰ ਬਹੁਤ ਟੁੱਟੀ ਇਹਨਾਂ ਨੇ, ਇਸ ਕਰਕੇ ਲਿਫਾਫਾ ਪਾਇਆ ਹੋਇਆ। ਹਾਂ ਉਹੀ ਤਾਂ ਹੈ, ਬਿਮਾਰੀ ਪੈ ਗਿਆ ਕੋਈ, ਸਹੀ ਗੱਲ ਹੈ। ਇੱਕ ਦੋ ਬੰਦੇ ਤਾਂ ਹੁਣ ਵੀ ਹੋਇਆ ਹੈ ਉੱਧਰ ਗੁੰਦੇ ਬਾਈ ਦੇ, ਅਤੇ ਹੋਰ ਇੱਕ ਦੋ ਦੇ ਹੁਣ ਵੀ ਜਿਹਦੇ ਹੁਣ ਲਾ ਰਹੇ ਉਹਨਾਂ ਦਾ ਵੀ ਅੱਖਣਾ ਚੱਕਰ ਪਿਆ। ਬਾਈ ਕਲੋਰੋ ਪਾਈਏ ਤਾਂ ਬੜਾ ਸੈੱਟ ਆਇਆ ਕੰਮ।